ਬਠਿੰਡਾ ਦੀ ਸੀਆਈਏ ਜੰਗਲਾਤ ਪੁਲਿਸ ਨੇ ਗੈਂਗਸਟਰ ਗੁਰਪ੍ਰੀਤ ਸੇਖੋਂ ਗਰੁੱਪ ਦੇ ਮੈਂਬਰ ਮਨਪ੍ਰੀਤ ਸਿੰਘ ਕਾਲੀ ਨੂੰ ਉਸ ਦੇ ਦੋ ਸਾਥੀਆਂ ਸਮੇਤ ਦੋ ਰਿਵਾਲਵਰਾਂ ਅਤੇ ਕਾਰਤੂਸ਼ਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਤਿੰਨੇ ਲੋਕਾਂ ਨੂੰ ਲੁੱਟਣ ਦਾ ਕੰਮ ਕਰਦੇ ਸਨ। ਫਿਲਹਾਲ ਪੁਲਿਸ ਨੇ ਇਹਨਾਂ ਤਿੰਨਾਂ ਖਿਲਾਫ ਥਾਣਾ ਕੋਤਵਾਲੀ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਕੁਝ ਸਮਾਂ ਪਹਿਲਾਂ ਇਹਨਾਂ ਵਿਅਕਤੀਆਂ ਨੇ ਸਿਵਲ ਲਾਈਨ ਥਾਣੇ ਨੇੜੇ ATM ਦੇ ਬਾਹਰ ਇੱਕ ਵਿਅਕਤੀ ਤੋਂ 1,86,000 ਰੁਪਏ ਦੀ ਲੁੱਟ ਕੀਤੀ ਸੀ। ਫਿਲਹਾਲ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਦੇ ਹੋਰ ਕਈ ਮਾਮਲੇ ਤਾਜ਼ਾ ਹੋ ਗਏ ਹਨ। ਇਹ ਗਰੋਹ ਹਰਿਆਣਾ ਅਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਸਰਗਨਾ ਸੀ ਅਤੇ ਉੱਥੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਇਹਨਾਂ ਸਾਰੇ ਵਿਅਕਤੀਆਂ ਖਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਅੱਜ ਅਸੀਂ ਇੱਥੇ ਪ੍ਰੈਸ ਕਾਨਫਰੰਸ ਇਸ ਲਈ ਰੱਖੀ ਹੈ, ਕੱਲ੍ਹ CA ਸਟਾਫ ਬਠਿੰਡਾ ਵੱਲੋਂ ਸਾਡੇ ASI ਹਰਿੰਦਰ ਸਿੰਘ ਨੇ ਇੱਕ ਤਿੰਨ ਬੰਦੇ ਫੜੇ ਹੈ, ਉਹਨਾਂ ਕੋਲੋਂ ਦੋ ਵੈਪਨ ਅਤੇ ਇੱਕ ਕੋਲੋਂ ਕੁਛ ਰੌਂਦ ਮਿਲੇ ਆ ਸਾਨੂੰ। ਇਹਨਾਂ 'ਤੇ ਇਹ ਜਿਹੜੇ ਮੁਕੱਦਮਾ ਦਰਜ ਕੀਤਾ ਗਿਆ 2559 ਦਾ ਕੋਤਵਾਲੀ ਥਾਣੇ 'ਚ ਆਰਮਡ ਐਕਟ ਦੇ ਤਹਿਤ, ਇਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਹੈ ਅਤੇ ਇਹਦੇ ਤੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਹਥਿਆਰਾਂ ਦੇ ਨਾਲ ਇੱਕ ਇਹਨਾਂ ਕੋਲ ਕਿਸੇ ਹੋਰ ਦਾ ਲਾਇਸੈਂਸ ਸੀ ਬੱਤੀਪੁਰ, ਅਤੇ ਇੱਕ ਕੋਲੋਂ ਸਾਨੂੰ 315 ਬੋਰ ਜਿਹੜਾ ਨਜਾਇਜ਼ ਕੱਟਾ ਮਿਲਿਆ ਦੇਸੀ। ਇਹ ਜਿਹੜੇ ਤਿੰਨ ਜਣਿਆਂ ਦਾ ਗੈਂਗ ਹੈ, ਇਹਨਾਂ 'ਚੋਂ ਇੱਕ ਮਨਪ੍ਰੀਤ ਸਿੰਘ ਕਾਲੀ ਹੈ, ਇੱਕ ਅਰਸ਼ਦੀਪ ਸਿੰਘ ਗੁੱਚੀ ਹੈ, ਇੱਕ ਇਹਦੇ 'ਚ ਹੈਗਾ ਸੁਰਿੰਦਰ ਸਿੰਘ ਹੈ। ਇਹਨਾਂ ਨੇ ਤਿੰਨਾਂ ਨੇ ਗੈਂਗ ਬਣਾ ਰੱਖਿਆ ਸੀਗਾ। ਇਹਨਾਂ ਨੇ ਪਹਿਲਾਂ ਇੱਕ ਸਾਡੇ ਏਰੀਏ 'ਚ ਕਨਾਲ ਕਲੋਨੀ ਥਾਣਾ ਪੈਂਦਾ, ਉਹਦੇ 'ਚ ਇੱਕ ATM 'ਚ ਪੈਸੇ ਪਾਉਣ ਗਿਆ ਸੀ ਕੋਈ ਪ੍ਰਾਈਵੇਟ ਬੰਦਾ, ਜਿਹੜਾ ATM ਦੇ 'ਚ ਪੈਸੇ ਜਮ੍ਹਾਂ ਹੋ ਸਕਦੇ ਨੇ ਉੱਥੇ, ਉੱਥੋਂ 1,86,000 ਰੁਪਏ ਖੋਏ ਸੀ ਉਹਨਾਂ ਤੋਂ। ਇਹ ਹੈਗੀ 15 ਸਤੰਬਰ ਦੀ ਗੱਲ ਹੈ ਅਤੇ ਹੁਣ ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਹ ਪਹਿਲਾਂ ਵੀ ਹੋਰ ਵੀ ਇਸ ਤੋਂ ਇਲਾਵਾ ਵੀ ਹਰਿਆਣੇ ਵਿੱਚ ਕੁਛ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਇਹਨਾਂ ਨੇ ਕੀਤੀਆਂ ਹੋਈਆਂ, ਜਾਂ ਇਹਨਾਂ ਨੇ ਸੰਗਤ ਏਰੀਏ 'ਚ 307 ਦੇ ਇਹਨਾਂ 'ਤੇ ਪਹਿਲਾਂ ਮੁਕੱਦਮੇ ਦਰਜ ਨੇ। ਇਸ ਕਰਕੇ ਇਸ CA ਸਟਾਫ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੈ ਵੀ ਇਹਨਾਂ ਨੂੰ ਗੈਂਗ ਨੂੰ ਫੜਿਆ ਅਤੇ ਇਹਨਾਂ ਤੋਂ ਹਥਿਆਰ ਬਰਾਮਦ ਕੀਤੇ ਆ ਅਤੇ ਪੁਰਾਣੀਆਂ ਹੋਈਆਂ ਵਾਰਦਾਤਾਂ ਇਹਨਾਂ ਤੋਂ ਟਰੇਸ ਕੀਤੀਆਂ। ਇੰਨਾ ਹੈਗਾ ਗੁਰਪ੍ਰੀਤ ਸੇਖੋਂ ਅਤੇ ਗੈਂਗ ਦਾ, ਉਹਦਾ ਨਾਮ ਗੋਬਿੰਦ ਸਿੰਘ ਹੈ ਸੰਗਤ, ਉਹਦੇ ਨਾਲ ਵੀ ਇਹ ਬੰਦਾ ਜਿਹੜਾ ਮਨਪ੍ਰੀਤ ਸਿੰਘ ਕਾਲੀ ਆ ਅਟੈਚ ਰਿਹਾ, ਉਹਦੇ ਉਸ ਮੁਕੱਦਮੇ 'ਚ 307 ਦੇ ਮੁਕੱਦਮੇ 'ਚ ਵੀ ਇਹ ਵਾਂਟਡ ਰਿਹਾ ਹੈਗਾ। ਇਹਨਾਂ 'ਤੇ ਅਲੱਗ ਅਲੱਗ ਨੇ, ਜਿਵੇਂ 3 ਦੇ ਕਰੀਬ ਦਾਣੇ ਮਨਪ੍ਰੀਤ ਦੇ ਦਰਜ ਨੇ, 3-4 ਜਿਹੜਾ ਅਰਸ਼ਦੀਪ ਸਿੰਘ ਉਹਦੇ 'ਤੇ ਮੁਕੱਦਮੇ ਦਰਜ ਨੇ। ਇਹ ਸਾਰਿਆਂ ਮੁਕੱਦਮਿਆਂ 'ਚ ਅਸੀਂ ਇਹਨਾਂ ਨੂੰ ਅੱਜ 'ਤੇ ਇਸ 'ਚ ਅਰੈਸਟ ਕੀਤਾ, ਉਹਨਾਂ ਨੇ ਜਿਹੜੇ ਸੰਬੰਧਿਤ ਥਾਣੇ ਆ ਇਹਨੂੰ ਬਾਅਦ 'ਚ ਲਿਜਾ ਕੇ ਕਰਨਗੇ ਅਰੈਸਟ ਕਰ। ਇਹਨਾਂ 'ਤੇ ਲੁੱਟਾਂ ਖੋਹਾਂ ਦੇ 307 ਦੇ ਆ, ਸੱਟਾਂ ਮਾਰਨ ਦੇ ਆ, ਲੋਕਾਂ ਨੂੰ ਧਮਕਾਉਣ ਦੇ ਆ, ਇਸ ਤਰ੍ਹਾਂ ਦੇ ਮੁਕੱਦਮੇ ਦਰਜ ਨੇ ਅਤੇ ਇਹ ਬੈਡ ਕਰੈਕਟਰ ਬੰਦੇ ਨੇ।